ते पानी छिड़क के वड्डे पद्धर ते पंजाब सरकार नू लगाईया जा रहा लखा रुपए दा चूना। सत श्री अकाल जी, मैं हां बिक्रमजीत सिंह ते तुसी देख रहे हो दद्दा टीवी NRI। गुरु हरसहाय दे पिंड सरूपे वाला विखे बने शिवा गोडाउन कंपनी गुरूर सहाय दे गोदामा विच स्टोर कीती गई सरकारी कणक दिया बोरिया उपर मोटर तो सीधी पाइप लगा के पाया जा रहा सी पानी। ता मौके पुजी मीडिया टीम वलो मौके दिया तस्वीरां नू अपने कैमरिया विच कीता कैद। उत्थे मौजूद कर्मचारियां नू पै गईया पाजड़ा। दसण योग है कि इन्हां गोदामा विच मिली भुगत नाल पिछले कुछ समय तो कणक घोटाला कीता गया सी, जिस नू लै के कोई पुख्ता सबूत ना होण कारण मामले नू दब लिया गया। पर बीते दिनी इन्हां कणक दिया बोरिया विच पानी पाया जा रहा है। ए जानकारी आस पास दे लोका वलो मीडिया कर्मियां नू दित्ती गई, जिस तो बाद सटिंग ऑपरेशन कीता गया अते मौके ते वजन वधाउण दी चल रही सी प्रक्रिया नू कैद कीता गया। एक पासे आम आदमी पार्टी दी सरकार वलो करप्शन नू जड़ों तो खत्म करन लई यतन कीते जा रहे हन, पर दूजे पासे गरीबा दे मुंह विच पैण वाली कणक ते डाके मारे जा रहे हन। आखिरकार कौन है इस दे पिछे मास्टर माइंड, जिस नू सरकारा दा वी कोई खौफ नहीं? हाँ जी सर, एक गोदाम सीगे सरूपा वाला रोड ते, उहदे विच जिहड़ी है कणक है सरकारी कणक, उहदे उपर पानी पाया जा रहा सीगा। तुहाडे ध्यान दे विच कोई मामला आया सर, तुहाडा की कहना इस ते? जी हाँ, मैनू अज ही किसी ने लिंक भेज के मेरे ध्यान च मामला लिया। तां मैं गुरूर साहिब बैठा, इंस्पैक्टर की टीम मैं बुलाई है इसे वेरीफाई तो चैक करने वास्ते। जे इहो जी कोई घटना किसी ने ਕੀਤਾ ਇਹੋ ਜਿਹਾ ਕੰਮ ਤਾਂ ਉਹਦੇ ਵਿਰੁੱਧ ਜੋ ਬਣਦੀ ਕਾਰਵਾਈ ਕਰੂੰਗਾ। ਤੁਹਾਡਾ ਸ਼ੁਭ ਨਾਮ ਸਰ? ਗੁਰੂ ਹਰਸਹਾਏ ਦੇ ਪਿੰਡ ਸਰੂਪੇ ਵਾਲਾ ਵਿਖੇ ਬਣੇ ਸ਼ਿਵਾ ਗੋਡਾਊਨ ਕੰਪਨੀ ਗੁਰੂਰ ਸਹਾਏ ਦੇ ਗੋਦਾਮਾਂ ਵਿੱਚ ਸਟੋਰ ਕੀਤੀ ਗਈ ਸਰਕਾਰੀ ਕਣਕ ਦੀਆਂ ਬੋਰੀਆਂ ਉੱਪਰ ਮੋਟਰ ਤੋਂ ਸਿੱਧੀ ਪਾਈਪ ਲਗਾ ਕੇ ਪਾਇਆ ਜਾ ਰਿਹਾ ਸੀ ਪਾਣੀ। ਤਾਂ ਮੌਕੇ ਪੁੱਜੀ ਮੀਡੀਆ ਟੀਮ ਵੱਲੋਂ ਮੌਕੇ ਦੀਆਂ ਤਸਵੀਰਾਂ ਨੂੰ ਆਪਣੇ ਕੈਮਰਿਆਂ ਵਿੱਚ ਕੀਤਾ ਕੈਦ। ਉੱਥੇ ਮੌਜੂਦ ਕਰਮਚਾਰੀਆਂ ਨੂੰ ਪੈ ਗਈਆਂ ਪਾਜੜਾ। ਦੱਸਣ ਯੋਗ ਹੈ ਕਿ ਇਹਨਾਂ ਗੋਦਾਮਾਂ ਵਿੱਚ ਮਿਲੀ ਭੁਗਤ ਨਾਲ ਪਿਛਲੇ ਕੁਝ ਸਮੇਂ ਤੋਂ ਕਣਕ ਘੋਟਾਲਾ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਮਾਮਲੇ ਨੂੰ ਦਬ ਲਿਆ ਗਿਆ। ਪਰ ਬੀਤੇ ਦਿਨੀ ਇਹਨਾਂ ਕਣਕ ਦੀਆਂ ਬੋਰੀਆਂ ਵਿੱਚ ਪਾਣੀ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਆਸ ਪਾਸ ਦੇ ਲੋਕਾਂ ਵੱਲੋਂ ਮੀਡੀਆ ਕਰਮੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸਟਿੰਗ ਆਪਰੇਸ਼ਨ ਕੀਤਾ ਗਿਆ ਅਤੇ ਮੌਕੇ ਤੇ ਵਜਨ ਵਧਾਉਣ ਦੀ ਚੱਲ ਰਹੀ ਸੀ ਪ੍ਰਕਿਰਿਆ ਨੂੰ ਕੈਦ ਕੀਤਾ ਗਿਆ। ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਪਸ਼ਨ ਨੂੰ ਜੜੋਂ ਤੋਂ ਖਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਗਰੀਬਾਂ ਦੇ ਮੂੰਹ ਵਿੱਚ ਪੈਣ ਵਾਲੀ ਕਣਕ ਤੇ ਡਾਕੇ ਮਾਰੇ ਜਾ ਰਹੇ ਹਨ। ਆਖਿਰਕਾਰ ਕੌਣ ਹੈ ਇਸ ਦੇ ਪਿੱਛੇ ਮਾਸਟਰ ਮਾਈਂਡ, ਜਿਸ ਨੂੰ ਸਰਕਾਰਾਂ ਦਾ ਵੀ ਕੋਈ ਖੌਫ ਨਹੀਂ? ਹਾਂਜੀ ਸਰ, ਇੱਕ ਗੋਦਾਮ ਸੀਗੇ ਸਰੂਪਾ ਵਾਲਾ ਰੋਡ 'ਤੇ, ਉਹਦੇ ਵਿੱਚ ਜਿਹੜੀ ਹੈ ਕਣਕ ਹੈ ਸਰਕਾਰੀ ਕਣਕ, ਉਹਦੇ ਉੱਪਰ ਪਾਣੀ ਪਾਇਆ ਜਾ ਰਿਹਾ ਸੀਗਾ। ਤੁਹਾਡੇ ਧਿਆਨ ਦੇ ਵਿੱਚ ਕੋਈ ਮਾਮਲਾ ਆਇਆ ਸਰ, ਤੁਹਾਡਾ ਕੀ ਕਹਿਣਾ ਇਸ 'ਤੇ? ਜੀ ਹਾਂ, ਮੈਨੂੰ ਅੱਜ ਹੀ ਕਿਸੇ ਨੇ ਲਿੰਕ ਭੇਜ ਕੇ ਮੇਰੇ ਧਿਆਨ 'ਚ ਮਾਮਲਾ ਲਿਆਂਦਾ। ਤਾਂ ਮੈਂ ਗੁਰੂਰ ਸਾਹਿਬ ਬੈਠਾ, ਇੰਸਪੈਕਟਰ ਦੀ ਟੀਮ ਮੈਂ ਬੁਲਾਈ ਹੈ ਇਸੇ ਨੂੰ ਵੈਰੀਫਾਈ ਅਤੇ ਚੈੱਕ ਕਰਨ ਵਾਸਤੇ। ਤਾਂ ਜੇ ਇਹੋ ਜਿਹੀ ਕੋਈ ਘਟਨਾ ਕਿਸੇ ਨੇ ਕੀਤਾ ਇਹੋ ਜਿਹਾ ਕੰਮ, ਤਾਂ ਉਹਦੇ ਵਿਰੁੱਧ ਜੋ ਬਣਦੀ ਕਾਰਵਾਈ ਕਰੂੰਗਾ। ਤੁਹਾਡਾ ਸ਼ੁਭ